ਪਹਿਲੀ ਵਾਰ ਤੇ ਟਿਕਟ 1100 ਦੀ, ਪਹਿਲੀ ਵਾਰ ਤੇ ਛੱਕਾ 1100 ਵਾਲੀ, ਸਰਦਾਰ ਸੁਖਨਾ ਸਿੰਘ ਜੀ ਕਹਿੰਦੇ ਸਟੇਟ ਅਮੈਰੀਕਾ ਉਹਨਾਂ ਬਣੀ ਹੋਣਾ, ਲੈ ਚਾਕੇ ਕਰੀ ਸਾਈ ਤੋਂ ਕੇ ਫਤਿਹ ਸਾਂਝੀ ਕਰੀ ਕਰਾਂ, ਆਹ ਟੰਗਾਂ ਦਾ ਟੂਣਾ ਮਿਲਦਾ ਹੋਰ ਟਰੈਕਟਰ ਦਾ ਜੇਤੂ ਹੈ, ਉਹ ਲਾਓ ਸਾਹਮਣੇ ਪਹਿਲੀ ਦੇ ਛੱਕਾ ਕਰੇ 1100 ਤੁਹਾਡਾ ਵੀਰੇ ਪ੍ਰੀਵਿਊ, ਸੁਖਰਾਜ ਸਿੰਘ ਕਾਂਜੀ ਕਰੇ ਯੂਐਸਏ ਵਾਲੇ ਪ੍ਰੀਵਿਊ, ਔਰ ਕਹਿੰਦੇ ਵੀ ਪਹਿਲੀ ਦੇ ਛੱਕਾ ਕਰੇ 1100 ਦਾ, ਔਰ ਜਦੋਂ ਮਾਸਟਰ ਦੀਆਂ ਕਿਹੜੇ ਗੱਲਾਂ ਨੇ, ਪਰ ਰੱਖ ਲਿਆ
ਅੱਜ ਮੱਤੀ ਦੇ ਜਿਹੜੇ ਪਾਲੇ ਦਾ ਸੱਜਿਆ ਹੋਇਆ ਤੇ ਸਾਰੇ ਘਾਟੇ ਵਾਲੇ ਪੂਰੇ ਕਰਕੇ ਜਾਓ, ਇਹ ਕਰਦੇ ਜਿਹੜੇ ਹੋਰ ਕਿਤੇ ਨਹੀਂ ਹੋ ਨਾਲ ਜਿਹੜੇ ਭਾਈ ਦੇ ਪਿੰਡ ਦਾ ਕਾਲਾ ਪੁੱਜਿਆ ਹੋਇਆ ਦੁਨੀਆਂ ਦੇ ਟਾਈਗਰ ਖੇਡੀ ਹੈ ਧੂਰੀ ਦੇ ਹਰਮਾਂ ਦੇ ਅੰਕਰਤੇ ਕਿਹੜੇ ਹੁੰਦੇ ਆ ਨਾਲ ਕਦੇ ਰਾਬਰੇ ਮੰਡੀਗਾਰਾਂ ਦੇ ਵੀਰ ਸੰਦੀਪ ਧਵਾਰ ਕਿਹੜੇ ਪੁੱਜਿਆ ਹੋਇਆ ਦਾਤਲ ਮੁੰਡਾ ਮਿਸਤਰੀਆਂ ਦਾ ਕਿਹੜੇ ਆਇਆ ਹੋਇਆ ਵੀਰੋ ਲੱਗਣੀਆਂ ਗੱਲਾਂ ਟਕਾਰੇ ਭਾਈ ਮੁੱਖਿਆ ਵੀ ਫਿੱਟਾ ਪਰ ਫਿਰ ਰੱਖੜੇ ਵਾਲਾ ਵੀ ਆਇਆ ਹੋਇਆ ਭਾਵੇਂ ਰੱਖੜੇ ਵਾਲਿਆ ਇਹ ਜੀਵਾ ਹੈ ਰੱਖੜੇ ਦੀ ਧਰਤੀ ਅੱਜ ਨੇ ਪਟਿਆਲੇ ਦਾ ਚੋਟੀ ਦਾ ਪਾਲਾ ਹੈ ਐਡੀ ਵਾਰ ਬੱਲੇ 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 ਹੋਇਆ ਕੀ ਆ ਦੁਨੀਆ ਪੁੱਛਰੀ ਆ ਓਏ ਹੋਇਆ ਕੀ ਹੈ ਤੈਨੂੰ ਡਰ ਲੱਗਦਾ ਔਰ ਸਭ ਕੁਝ ਰਿਹਾ ਟੱਕਰ ਕੇ ਦੇਖਣ ਵਾਲੀ ਹੈ ਰੱਖੜੇ ਵਾਲਾ ਦਲੀਲ ਜੀਵਨ ਜੀਵ ਸਿੰਘ ਬੰਦਾ ਕਦੇ ਕਰਦਾ ਸਾਹਮਣੇ ਆ ਪੰਜਾਬ ਪੁਰਖੀ ਹੈ ਚੰਡੋ ਦੇ ਕਿਹੜੇ ਇਲਾਕੇ ਦਾ ਦਲੀਲ ਬੇਬੀ ਵਾਰ ਲਓ ਸੁਮਰੇ ਦੇਖ ਰਿਹਾ ਸੰਦੀਪ ਧਵਾਰ ਆ ਗਿਆ ਕਹਿੰਦੇ ਰਾਬਰੇ ਮੰਡੀ ਵਾਲਾ ਮੇਰੇ ਵੀਰੋ ਕਾਂਗਰੇ ਮੇਲੇ ਤੇ ਮੇਰੇ ਠੌਰ ਦਿੱਤਿਆ ਮੁੰਡੇ ਨੇ ਇਹ ਚਰਚੇ ਕਿਹੜੇ ਕਰਾਏ ਹੈ ਲਓ ਸੁਮਰੇ ਦੇਖ ਰਿਹਾ ਕਾਕਾ ਕਹਿੰਦੇ ਰਾਬਰੇ ਵਾਲਾ ਇਹ ਦੂਜੇ ਪਾਸੇ ਗੱਲਾਂ ਹੋ ਗਈਆਂ ਇਹ ਪਿਛਲੇ ਸਾਲ ਦਾ ਕਹਿੰਦੇ ਸ੍ਰੀ ਦਾ ਜੇਤੂ ਹੈ ਮੇਰੇ ਵੀਰੋ ਇਹ ਕਿਲੇ ਕਿਲੇ ਨੇ ਸਾਰੇ ਮੈਚਾਂ ਦੇ ਕਿਹੜੇ ਸਿਰਾ ਕੀਤਾ ਹੈ ਰਾਬਰੇ ਮੰਡੀ ਵਾਲਾ ਕਹਿੰਦੇ ਕਾਕਾ ਪੁੱਜਿਆ ਹੋਇਆ ਦੂਜੇ ਪਾਸੇ ਜੀਵਾ ਰੱਖੜੇ ਵਾਲਾ ਹੈ ਰੱਖੜੇ ਵਾਲਾ ਕਦੇ ਜੀਵਾ ਕਦੇ ਮਿੱਤਰੋ ਦੁਨੀਆਂ ਦਾ ਟਾਪ ਬਣਾ
ਵਾਸਤੇ ਖਿਡਾਰੀ ਆ, ਇਹਦੀ ਕਲਾਸ ਵੇਖਣ ਵਾਲੀ ਹੁੰਦੀ ਆ, ਨਾਲ ਪੱਤੀ ਆਇਆ ਕਹਿੰਦੇ ਔਂਕਾ ਆਇਆ ਹੋਇਆ, ਦੁਨੀਆਂ ਦਾ ਮਹਾਨ ਖਿਡਾਰੀ ਆ, ਨਾਲ ਭਾਈ ਮੁੱਤੇ ਵਾਲਾ ਟਾਈਗਰ ਆਇਆ ਹੋਇਆ, ਔਂ ਟੱਕਰ ਕਹਿੰਦੇ ਵੱਡੀ ਆ, ਬਾਲ ਪੌਂਡ ਵਾਲੀ ਆ ਵੀ ਗੋਰਿਆ, ਔਂ ਵੱਡਾ ਤਿਆਰ ਪਰ ਤਿਆਰ ਆ, ਉਹ ਸੁਪਨੇ ਦੇਖ ਰਿਹਾ ਬਾਲ ਪੰਡੀ ਅਤੇ ਰੱਖੇ ਦਾ ਕਦੇ ਜੀਵਨ ਮਿਲੀ ਪੈਂਦੀ ਬਾਲ ਦਾ ਕਦੇ ਟਰਾਈ ਕਰਨਾ ਹੈ, ਔਰ ਕਦੇ ਅਗਲੇ ਸ਼ੋਟਾ ਹੈ ਆਤੂ ਯਾਰ ਕਦੇ ਪ੍ਰਾਂਤਾ ਬੋਲਿਆ ਹੋਇਆ ਹੈ, ਨਾਲ ਕਦੇ ਸੁਦੀਪ ਭਟਾਲ ਬੋਲਿਆ ਹੋਇਆ, ਸਾਡਾ ਫੱਡਾ ਭਾਈ ਹੈ, ਬਹੁਤ ਵੱਡਾ ਕਦੇ ਧਰਵਰ ਕਰ ਰਿਹਾ ਹੈ, ਇਹ ਚਰਚਾ ਯਾਰੀ ਹੈ ਕਦੇ ਸੁਦੀਪ ਹੋਣਾ ਦੇ ਨਾਲ, ਯਾਰੀ ਹੈ ਜੱਗੇ ਹੋਣਾ ਦੇ ਨਾਲ, ਜਿਹਨਾਂ ਨੇ ਕਦੇ ਟੋਕੇ ਨੂੰ ਮੋਟਰਸਾਈਕਲ ਦਿੱਤਾ ਮੇਰੇ ਵੀ, ਇਹ ਚਰਚੇ ਕਦੇ ਹੁੰਦੇ ਹੈ, ਨਾਲ ਸੁਣੇ ਬਾਲ ਪਾਉਣ ਵੀ ਫਿਰ ਵੱਡਾ ਕਦੇ ਧਵਾਨਾ ਨਾਲ ਮੇਰੇ ਵੀ, ਬੜਾ ਤਾਲਾ ਕਦੇ ਮੇਰੇ ਵੀ, ਸੁੱਚੇ ਸੂਰਮੇ ਦੇ ਕਦੇ ਪਿੰਡ ਵਾਲਾ ਹੈ, ਮਾਰਿਆ ਕੋਈ ਨਾ ਕੋਈ ਸ਼ਾਂਤ ਰੱਖ ਲਾਇਆ ਕਰ ਮੈਂ ਸੀ ਕਿਹੜੇ ਕਿਹੜੇ ਫਾਟੇ
ਕੱਢ ਦੇਣੀਆਂ ਕਸਰਾਂ ਲਾਲ ਪੈਂਦੀ ਵਾਲ ਬੰਦੇ ਬੰਦੇ ਬੰਦੇ
ਲਓ ਬੰਦੇ 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 ਹਰ ਜੋ ਪਾਸੇ ਡੀਪੀਓ ਆਇਆ ਹੋਇਆ ਹੈ, ਹਰ ਜੋ ਪਾਸੇ ਡੀਪੀਓ ਆਇਆ ਹੋਇਆ ਮੇਰੇ ਵੀਰ ਔਰ ਰੱਖਿਆ ਮੇਰੇ ਦੁਨੀਆ ਨਚਾ ਦਿੱਤੀ ਹੈ ਬਾਈ ਆ ਜਿੰਨੇ ਦਰਸ਼ਕ ਗਰਾਉਂਡ ਦੇ ਵਿੱਚ ਹੈ ਜਿਹਨੂੰ ਜਿਹਨੂੰ ਰੱਖ ਲੈਂਦੇ ਸ਼ਾਂਤ ਵਧੀਆ ਲੱਗਿਆ ਬੈਟਿੰਗ ਵਧੀਆ ਲੱਗਿਆ ਇੱਕ ਤਾੜੀ ਜ਼ੋਰਦਾਰ ਮਾਰ ਦਿਓ ਬੰਦੇ ਦੇ ਨਾਲ ਜੀ ਸੁੱਕੀ ਸਰੀ ਮਾਰੋ ਨਾਂ ਦੀ ਗੱਲ ਦਾ ਕਮੈਂਟੀ ਨੇ ਜਿਹੜਾ ਜੀਵੇ ਨੂੰ ਫੋਨ ਮਾਰਦਾ ਰੁਪਈਆ 1100 ਰੁਪਈਆ 1100 ਇਹ ਫੋਨ ਲੈ ਲਈ ਔਰ ਸਾਹਮਣੇ ਵੇਲੇ ਨੇ ਕੋਈ ਫੋਨ ਮਾਰਦਾ ਰੱਖ ਲੈਣਾ ਰੁਪਈਆ 1100 ਦਿੱਤਾ ਜਾਵੇਗਾ ਪ੍ਰਵੀਰ ਇਹ ਕਰਦੇ ਹੁੰਦੇ ਆ ਸੁਖਰਾਮ ਰਹਿੰਦਾ ਫਿਰ ਤਰੀਕਾ ਹੋਏ ਇਹ ਕਰਦੇ ਹੁੰਦੇ ਆ ਪ੍ਰਵੀਰ ਆ ਗਿਆ ਕਾਲਾ ਵੀ ਚੱਕੀ ਕੱਢੀ ਆਉਂਦਾ ਹੈ ਜਿਹੜੇ ਜਾ ਕੇ ਖੜਦੇ ਮੋੜਾਂ ਤੇ
ਹੱਥ ਪਲਸਤਰ ਲੱਗਿਆ ਸਾਰੀ ਸਾਰੇ ਜੋੜਾਂ ਤੇ ਕਰਕੇ ਬੰਦ ਲੱਗਾ ਮੈਂ ਕਾਲਜ ਵਾਲੀ ਛੱਡਦੀਆਂ ਹੋਏ ਲੰਬਰ ਕਿਨਾਰੀਏ ਤੇਰੇ ਰੱਖੀ ਚਾਂਗਾ ਛੱਡਦੀਆਂ ਲਓ ਸਮੇਂ ਰੱਖੜੇ ਵਾਲਾ ਬਲੀਓ ਅੰਨੇ ਵਾਰ ਛੱਕੇ ਮਾਰਿਆ ਅਗਰ ਪਕਵਾਨਾ ਮੇਰੇ ਗੁਰੀ ਨਹੀਂ ਆ ਗਿਆ ਬਲੀਓ ਅੱਜ ਦੇ ਮੇਲੇ ਤੇ ਫਿਰ ਚਿੱਟੀ ਗੜੀਆਂ ਮੇਰੇ ਰੋਹੀ ਵੀ ਆ ਗਿਆ ਜਿਹਨੇ ਪੰਜ ਲੱਖ ਟਰੈਕਟਰ ਵੀ ਜਿੱਤਿਆ ਬਲੀਓ ਅਮੇ ਤੇ ਪੁੱਤਰ ਦੇ ਪਿੰਡੋਂ ਗੱਲ ਪਕੜੋਹੇ ਮਾਰੀ ਹੋਈ ਹੈ ਪਰ ਤੁਸੀਂ ਪਰਸੋਂ ਨੂੰ ਹਟਾਵਾਂਗੇ ਇਹਨੂੰ ਫੇਰ ਉੱਪਰ ਦੀ ਗੱਲ ਕੀਤੀ ਕਬੱਡੀ ਦਾ ਮੇਲਾ ਕਿਹੜੇ ਫਟਦਾ ਹੈ ਅਰ ਬਿਨਾਂ ਲੜਦੀਆਂ ਕਿਹੜੇ ਹਰ ਸਾਲ ਮਤਲਬ ਏਕਤਾ ਵੀ ਚੋਟੀ ਦਾ ਮੇਲਾ ਕਰਾਉਂਦੇ ਹੈ ਹੈਪੀ ਹੈ ਕਿਹੜੇ ਪੰਦਰਾਂ ਵਾਰ ਦੇ ਵੀਰ ਜਿਹੜਾ ਪਾਰ ਹੁੰਦੇ ਨੀ ਕਿਹੜੇ ਵੱਧ ਹੈ ਫਿਰ ਦੂਜੇ ਪਾਸੇ ਰੱਖਦੇ ਨਾ ਕਿੰਨਾ ਜਿਹੜਾ ਹੋਇਆ ਉਹ ਕੁੱਤਾ ਹੀ ਜਿਹੜਾ ਪੰਜਾਬ ਵੀਰ ਵੀ ਸ਼ਬਰ ਦਾ ਸ਼ਰਮਾ ਜਾ ਇਤਨਾ ਸੀ ਲਗਾਤਾਰ ਪੰਜ ਸੌ ਹੋਰ ਪੈਦਾ ਹੋਈਆਂ ਸਾਡੀ ਪ੍ਰਬੰਧਕ ਨੇ
ਕਮੇਟੀ ਵੱਲੋਂ ਪੂਰਾ ਪੂਰਾ ਕਹਿੰਦੇ 1000 ਬਾਕੀ ਪਹਿਲਾਂ ਸੀਗਾ 500 ਹੁਣ ਹੈ ਪੂਰਾ ਪੂਰਾ 1000 ਪਰ ਮੁੰਡੇ ਕਹਿੰਦੇ 1000 ਦਾ ਕੋਈ ਹਿਸਾਬ ਨਹੀਂ 1100 ਮਨਿੰਦਰ ਸਿੰਘ ਕੌਣ ਬਾਈ ਲਓ ਸਾਹਮਣੇ ਦੇਖ ਰਿਹਾ ਬਾਹਰ ਨਹੀਂ ਕਿ ਦੂਜੇ ਪਾਸੇ ਜੀਵਾ ਜੀਵਾ ਟੀਡੀਓ ਰੱਖ ਰਿਹਾ ਨਾ ਟੀਡੀਓ ਰੱਖ ਰਿਹਾ ਸਨਮਾਨ ਹੀ ਦਿੱਤਾ ਔਰ ਕਮਾਲ ਹੋ ਗਈ ਮੇਰੀ ਖੇਡ ਗਰਾਊਂਡ ਦੇ ਵਿੱਚ ਭਾਵੇਂ ਰੱਖਣੇ ਵਾਲਿਆ ਭਾਵੇਂ ਰੱਖਣੇ ਵਾਲਿਆ ਔਰ ਦੁਨੀਆਂ ਨੇ ਚਾਤੀਆਂ ਮੁੰਡੇ ਨੇ
ਇੱਕ ਫ੍ਰਿਜ ਜਿੱਤਿਆ ਬੰਬਰਾਂ ਦੇ ਵਿੱਚੋਂ, ਇੱਕ ਅਫਸਰ ਧੋਤੀ ਜਿੱਤੀ ਆ, ਕਈ ਏਡੀ ਵੀ ਵਾਸ਼ਿੰਗ ਮਸ਼ੀਨਾਂ ਦਾ ਕਹਿੰਦੇ ਜੇਤੂ ਹੋ ਜਾਂਦੀ। ਉਧਰ ਪਹਿਲੀ ਵਾਰ ਦੇਖ ਰਹੇ ਕਾਲਾ ਆਊਟ ਕਰਨਾ, ਰੁਪਈਆ 200 ਦਿੱਤਾ ਜਾਵੇਗਾ। ਜੇ ਲਗਾਤਾਰ ਦੂਜੀ ਵੀ ਇੱਟਾਂ ਹੁੰਦੀ ਰੁਪਈਆ 500 ਦਿੱਤਾ ਜਾਵੇਗਾ। ਜੇ ਹੈਟ੍ਰਿਕ ਵਾਲੀ ਦੇ 400 ਦਿੱਤਾ ਜਾਵੇਗਾ। ਤੇ ਪਹਿਲਾਂ ਰੱਖੜੇ ਵਾਲੇ ਨੂੰ 2100 ਦਿੱਤਾ ਗਿਆ, ਮੇਰੀ ਤੋਂ ਪਹਿਲਾਂ ਹੀ ਸ਼ੱਕੀਰਾ 1100 ਪੈਸੇ ਲੱਗ ਰਹੇ ਹੈ। ਫਿਰ ਚੜ੍ਹਦੇ ਕਦੇ ਹੁੰਦੇ ਭੰਗੇੜੇ ਨਾ ਕਦੇ ਮੇਲਾ ਦੇ ਵੀ ਹਰ ਦੂਜੀ ਤਾਰੀਖ ਦਿੱਤੀ ਜਾਣੀ। ਲੈਣੀ ਉੱਧਰ ਸੁਭਾਅ ਦਿੱਤੀ ਕੰਧ ਸਾਡੇ ਐਲਾਨ ਕਰਵਾਉਂਦੇ ਆ ਕਿਸੇ ਨਵੇਂ ਮੋਟਰਸਾਈਕਲ ਵੀ ਚੁੱਤੇ ਪਰ ਸਾਡੇ ਨਾਲ ਪੱਲੂ ਸਾਡਾ ਵੀਰ
ਰੁਪਈਆ 1000 ਜੇ ਪਿੰਡਾਂ ਹੈ ਤੇਰੇ ਪਰ ਤੂੰ ਜੇ ਭਾਵੇਂ 2.5 ਰੁਪਿਆ ਨਾਲ ਭੱਜਿਆ ਰਹੀ ਹੋ ਤੇ 100 ਦੇ ਮੇਰੇ ਬੰਦੇ ਜੁੜ ਗਿਆ ਹੈ ਆ ਛੋਟੀ ਮੇਰੇ ਉਮੀਦਾਂ ਦੇ ਮੂਸੇ ਖੜਾ ਕਾਕਾ ਰੰਤਰ ਆ ਗਿਆ ਸਾਹਮਣੇ ਲਓ ਸਾਹਮਣੇ ਰੰਤਰ ਪੰਡੀਆਂ ਮੁੰਡਾ ਮਿਸਤਰੀਆਂ ਦਾ ਇਹਦੀ ਗੁੱਲ ਦੇਖਾਂ ਕਹਿੰਦੇ ਤਸੱਲੀ ਨਾਲ ਫੁੱਲ ਕੇ ਜਾਂਦਾ ਹੈ ਆਹ ਗੱਲਾਂ ਕਲੇ ਟਕਾਰੇ ਲਾਉਂਦਾ ਹੈ ਪਰ 2.5 ਰੁਪਿਆ ਅੱਜ ਕੱਲ੍ਹ ਗਰਾਊਂਡਾਂ ਤੋਂ ਥੋੜਾ ਦੂਰ ਹੈ ਮੇਰੇ ਵੀਰੋ ਆਹ ਗੱਲਾਂ ਸੱਚੀਆਂ ਪਿੰਡ ਮੋਟਰਸਾਈਕਲਾਂ ਦਾ ਜੇਤੂ ਬਣਿਆ ਹੈ ਲਓ ਪੈਂਦੀ ਬਾਹਰ ਹੈ ਤਿਆਰ ਥੱਲੇ ਥੱਲੇ ਰੱਖੜੇ ਵਾਲਾ ਬੱਤੀ ਵਾਲਾ ਢਾਸੇ ਹੋਣਾ ਆਹ ਸਾਹਮਣੇ ਜਾਂਦਾ ਹੈ
ਇੱਥੇ ਰੱਖਦਾ ਵੀ ਭਾਈ ਉੱਤੇ ਆਇਆ ਮੈਂ ਪੱਖ ਤੇਰਾ ਕੋਲ ਦੀ ਜੇ ਗੱਲ ਹੁੰਦੀ ਮੇਰੇ ਬਸ ਦੀ ਆਹ ਗੱਲਾਂ ਚੱਲਦੀਆਂ ਦੀਪੇ ਘੋੜੀ ਮਿਲਦੀ ਔਰ ਦੋਵਾਂ ਦੀ ਸਮਾਪਤੀ ਸ਼ਕਤੀ ਸਕੋਰ ਬੈਠੀ ਲਓ ਸਾਹਮਣੇ ਸ਼ਕਤੀ ਬਣੀਆਂ ਪਹਿਲੇ ਬਾਕੀ ਅੰਦਰੀ ਸ਼ਕਤੀ ਬਣ ਕੇ ਜਿਹੜੇ ਆਹ ਸਾਹਮਣੇ ਵੇਖ ਰਿਹਾ ਤੀਜੇ ਦੀਆਂ ਜਿਹੜੀਆਂ ਗੱਲਾਂ ਪੈਣੀਆਂ ਵੀਰ ਕਰੀ ਕਹਿੰਦਾ ਕੈਪਟਨ ਆਵੇ ਜ਼ਰੂਰ ਅੱਜ ਟੌਸ ਚੱਲ ਰਹੀਆਂ ਟੀਮਾਂ ਕਿਹੜੇ ਮੈਚਾਂ ਦੀਆਂ ਅੱਜ ਮੈਚ ਸਾਰੇ ਹੀ ਕਿਹੜੇ ਤਕੜੇ ਖੇਡੇ ਜਾਣੇ ਹੈ ਪਹਿਲਾਂ ਕਿਹੜੇ ਤੀਜੇ ਦੀਆਂ ਕਿਹੜੇ ਪਹਿਣੀਆਂ ਪ੍ਰੀਵਿਊ ਖੇਡ ਕਰ ਦੇ ਵਿੱਚ ਰਾਮਪੁਰੇ ਮੰਡੀ ਵਾਲਾ ਜਿਹੜੇ ਕਾਕਾ ਸਾਹਮਣੇ ਹੈ ਹਾਂ ਨਾਮ ਕੀ ਹੈ ਭਾਈ ਗੱਲ ਦਾ ਦੱਸੋ ਸਰਦਾਰ ਜੀ ਸੁੱਖਾ ਕੀ ਨਾਮ ਹੈ ਜੀ ਤੁਹਾਨੂੰ ਦਾ ਗੁਲਸ਼ਨ ਹਸਨ ਠੀਕ ਹੈ ਜੀ ਹਸਨ ਹਸਲ ਇਸ ਵੇਲੇ ਕਹਿੰਦੇ ਪੱਤੀ ਪਿੰਡ ਵਾਲਾ ਮਿਲ ਗਈ ਬਾਲ ਕੋਟ ਲਈ ਤਿਆਰ ਹੈ ਤਿਆਰ ਤਾਂ ਤਿਆਰ ਹੈ ਫਿਰ ਦੇਖਦੇ ਗਰਾਊਂਡ ਦੇ ਵਿੱਚ ਪਰ ਅੱਜ ਜੇ ਪੱਤੀ ਦਾ ਨਾਮ ਦੁਨੀਆਂ ਦੇ ਨਕਸ਼ੇ ਤੇ ਚਮਕਿਆ ਹੈ ਤੇ ਕਾਲੇ ਮੱਕੀ ਨੇ ਬੜੀ ਮਿਹਨਤ ਕੀਤੀ ਹੈ ਮੇਰੀ ਉਹ ਮਾਝੇ ਮਾਲਵੇ ਦੁਆਬੇ ਦੇ ਵੱਡੇ ਵੱਡੇ ਮੇਲਿਆਂ ਤੇ ਬੰਦਾ ਉਹ ਬੱਲੇ ਬੱਲੇ ਕਰਾਉਣ ਵਾਲਾ ਖਿਡਾਰੀ ਹੈ ਮੇਰੀ ਔਰ ਕਦਰ ਕਰਨੀ ਚਾਹੀਦੀ ਹੈ ਜਿਹਦੇ ਕਰਕੇ ਪਿੰਡ ਦਾ ਨਾਮ ਰੋਸ਼ਨ ਹੋਵੇ ਚਾਹੇ ਕੋਈ ਬੁਲਾਰਾ ਹੈ ਚਾਹੇ ਕੋਈ ਖਿਡਾਰੀ ਹੈ ਚਾਹੇ ਕੋਈ ਅੰਪਾਇਰ ਹੈ ਕਮੇਟੀ ਵੱਲੋਂ 200 ਰੁਪਇਆ ਹੱਥ ਨੂੰ ਹਰ ਇੱਕ ਦੇ ਅੰਦਰ ਦਿੱਤਾ ਜਾਵੇਗਾ ਬਰੇਵੀ ਨੂੰ ਹਰ ਇੱਕ ਦੇ ਅੰਦਰ ਹੱਥ ਦੀ ਰੁਪਇਆ 200 ਰੁਪਇਆ 200 ਦਿੱਤਾ ਜਾਣਾ 200 ਲੈ ਵੀ ਜੇ ਲਗਾਤਾਰ ਦੂਸਰੀ ਵਿਕਟ ਕਰਦਾ ਫਿਰ 500 ਦਿੱਤਾ ਜਾਣਾ ਜੇ ਲਗਾਤਾਰ ਤੀਸਰੀ ਆਊਟ ਕਰਦਾ ਫਿਰ 1100 ਦਿੱਤਾ ਜਾਣਾ ਬਰੇਵੀ ਨੂੰ ਜੇ ਧੂਰੀ ਵਾਲਾ ਹਰਦਾ ਲਗਾਤਾਰ ਸੰਦੀਪ ਬੱਲਰਾ ਜੇ ਸੰਦੀਪ ਬੱਲਰਾ ਲਗਾਤਾਰ 3 ਛੱਕੇ ਹੱਥੋਂ ਨੂੰ ਮਾਰਦਾ ਫਿਰ 500 ਵੀ ਦਿੱਤਾ ਜਾਣਾ ਕੁੱਲ ਮਿਲਾ ਕੇ ਕੋਕਰੀ ਗਾਣਾ ਲੱਖੀ ਲਈ ਕਮੇਟੀ ਵਾਲੇ ਨੇ ਰੁਪਈਏ ਵੰਡਣੇ ਆ ਕਮੇਟੀ ਵਾਲੇ ਨੇ ਕਹਿੰਦੇ ਨੇ ਸਾਰੇ ਬਾਹਰ ਸਮਾਜ ਦੇ ਬਰਾਬਰ ਕਰਨੇ ਆ ਇਹ ਹੈ ਖੇਡ ਕ੍ਰਿਕਟ ਦਾ ਕਹਿੰਦੇ ਯੁਵਰਾਜ ਲਾਲ ਬਜ਼ਾਰ ਦੇ ਮੇਲੇ ਦਾ ਮੈਂ ਵਾਲਾ ਸੀ ਆ ਮੁੰਡਾ ਤੇ 5100 ਦਿੱਤਿਆ ਕਈ ਮੇਲੇ ਤੇ ਬੱਲੇ ਬੱਲੇ ਕਰਵਾਈ ਹੈ ਸੁਖਰਾਜ ਸਿੰਘ ਕੱਟ USA ਦੇ ਪਿੰਡ ਲੜਕ ਲੱਗੀ ਹੈ ਮੇਰੀ ਦੁਨੀਆਂ ਦੇ ਜਾਵੇ ਤਕੜੀ ਹੈ ਲੈ ਪਿੰਡੀ ਬਾਲ ਇੱਧਰ ਦੇ ਪਾਸੇ ਟਰਾਈ ਦਿੱਤੀ ਤੇ 250 ਰੁਪਏ ਵਾਲੇ ਨੇ ਲੈ ਵੀ ਗੋਰਿਆ ਬਾਲ ਨੂੰ ਫਿਰ ਲਓ ਸਾਹਮਣੇ ਵੇਖ ਲਿਆ ਸੰਦੀਪ ਕਿਹੜੇ ਦੁਨੀਆਂ ਯੁਵਰਾਜ ਕਿੰਨੀ ਹੈ ਮੇਰੀ ਇੱਕ ਆ ਸਰਦਾਰ ਵੀ ਖੇਡਦਾ ਆਪਣਾ ਛੋਟਾ ਵੀਰ ਜਿਹੜਾ ਲਈ ਪੰਮਿਆਂ ਤੇਰੇ ਨੇੜੇ ਤੇ ਦਿਖਦਾ ਲੱਗੇ ਪੈਣ ਦੇ ਕੋਲੇ ਕਮੇਟੀ ਵੱਲੋਂ ਐਲਾਨ ਹੈ ਜਿਹੜਾ ਖਿਡਾਰੀ ਕੈਦ ਕਰਦੇ ਨੂੰ 200 ਰੁਪਏ ਦਿੱਤਾ ਜਾਵੇਗਾ ਮੇਰੇ ਵੀਰ ਐਂ ਦਾ ਸਾਰਾ ਲੱਗ ਰਿਹਾ ਸਤਿਕਾਰ ਹੈ ਰਸੂਲਪੁਰੀ ਇੱਕ ਹੋਰ ਚੱਲ ਗਿਆ ਹੈ ਪਹਿਲਾਂ ਪਾਲਾ ਪਾ ਗਏ ਮੇਰੇ ਵੀਰ ਹੁਸ਼ਿਆਰਪੁਰੀਆਂ ਦੇ ਇੱਕ ਕੋਲਾ ਦੂਰੀ ਪੁੱਜਿਆ ਹੋਇਆ ਉਹ ਚੰਡੀਗੜ੍ਹ ਦੀ ਰੋਹਿਤ ਪੁੱਜਿਆ ਮੇਰੇ ਮਿੱਤਰੋ ਪਰ ਦੂਜੇ ਪਾਸੇ ਵੱਲ ਪੈ ਰਹੀ ਹੈ ਹਰ ਨਾਲ ਧੂਰੀ ਚੜਾਈ ਹੈ ਪੂਰੀ ਹਰ ਨਾਲ ਧੂਰੀ ਚੜਾਈ ਜਿਹਦੀ ਪੂਰੀ ਪਾ ਹੋਏ ਹਰ ਨਾਲ ਕਮਾਲ ਕਰ ਦਿੱਤੀ ਹੈ ਖੇਡ ਗਰਾਊਂਡ ਦੇ ਵਿੱਚ ਵੀ ਪੁੱਠਾ ਪੰਗਾ ਲੈਣਾ ਹਰ ਮਨ ਨਾਲ ਪੁੱਤਰਾ ਤੂੰ ਕਦੇ ਇੱਕ ਤਰਾਸ ਨਹੀਂ ਆਉਂਦੀ ਬਈ ਸ਼ਿਤਰਾ ਦਿਆਂ ਮਿੱਤਰਾਂ ਨੂੰ ਕਦੇ ਇੱਕ ਤਰਾਸ ਨਹੀਂ ਆਉਂਦੀ ਸ਼ਿਤਰਾ ਦਿਆਂ ਮਿੱਤਰਾਂ ਨੂੰ ਬੈਟਿੰਗ ਹੋ ਗਈ ਹੈ ਬੈਟਿੰਗ ਅਸੀਂ ਕਹਿੰਦੇ ਰਸੂਲਪੁਰ ਦੀ ਰਸੂਲਪੁਰ ਦੀ ਬੈਟਿੰਗ ਹੈ ਹੀਰ ਕੇ ਦੇ ਪਹਿਲਾਂ ਪਾਉਣ ਅਗਲੇ ਮੈਚ ਵਿੱਚ ਨਾ ਉਸ ਸੂਰੇ ਦੇਖ ਲਿਆ ਹਸਨ ਪਹਿਲਾਂ ਪਾਉਣ ਹੈ ਤਾਂ ਦੂਜੇ ਪਾਸੇ ਧੂਰੀ ਦਾ ਕਿਹੜੇ ਹਰਮਨ ਹੈ ਵੱਡੀ ਲੜਾਈ ਕੀਤੀ ਹੈ ਇੱਕ ਇੱਕ ਦੌੜ ਦੇ ਨਾਲ ਮੈਂ ਜਿਹੜਾ ਕਿਹੜੇ ਮੱਤੀ ਵਾਲੇ ਪਾਸੇ ਜਾਣਾ ਰਿਵੀਰ ਫਿਰ ਜਿੰਨੇ ਲਗਾਤਾਰ ਛੱਕੇ ਵੱਡਣਗੇ ਫਿਰ ਮੁੰਡੇ ਜਿਹੜੇ ਪੰਨਾ ਵਾਲੇ ਨੇੜੇ ਹੋਣਗੇ ਮੁੱਕਰੀ ਗੱਲਾਂ ਵੀ ਕੁੱਟ ਕਟਾਪੇ ਧੂਰੀ ਵਾਲਿਆ ਉਹ ਕਰਨੇ ਪੈਣੇ ਆ ਥੱਲੇ ਵਾਲੇ ਕਰਾਉਣੀ ਪੈਣੀ ਹੈ ਵੀ ਕਹਿਰੋ ਥੱਲਿਆਂ ਦੇ ਲੀਏ ਨੂੰ ਕੱਪੜੂ ਸਿੱਖਤਾ ਗਿਆ ਏ ਰੌਲਾ ਤੇ ਪਹਿਲਾਂ ਸੀ ਹੁਣ ਤੇ ਮਸਲਾ ਬਣ ਗਿਆ ਮੁੰਡੇ ਸਾਧਨ ਵਾਸੀ ਪਹੁੰਚੇ ਹੋਏ ਹੈ ਫਿਰ ਧੂਰੀ ਵਾਲਾ ਬੜਾ ਹੋਣਾ ਧੰਨਵਾਦ ਹੈ ਬਾਲ ਪਰਦੇ ਦੀ ਫੇਰ ਗੁਲਸ਼ਨ
ਕੁਸ਼ਲ ਪਿਆਰ ਤੇ ਸਮਰੇ ਧੂਰੀ ਵਾਲਾ ਹਰ ਲਓ ਸਮਰੇ ਫਰਾਟਾ ਕਰੇ ਖੇਡ ਦੇ ਅੰਦਰ ਵਿੱਚ ਜੀਓ ਜਗਨ ਮੂਸਾ ਜੋਤੀ ਸਾਧਨ ਵਾਸਤੇ ਸਿੱਖੀ ਸਾਧਨ ਵਾਸ ਭਰਾ ਸਾਡੇ ਵਿਸ਼ੇਸ਼ ਤੌਰ ਦੇ ਉੱਪਰ ਪੁੱਜੇ ਆਏ ਸਾਰਾ ਦਾ ਕਹਿੰਦੇ ਵੱਡਾ ਧਰਵਾਲਾ ਹੈ ਪਰਿੰਦਰ ਦੇ ਪਾਸੇ ਕਹਿੰਦੇ ਦਾਲ ਪੋਟ ਲਈ ਫੇਰ ਹਸਰ ਮੁੰਡਾ ਕਹਿੰਦੇ ਮੱਤੀ ਦੀ ਧਰਤੀ ਦਾ ਮਿਲ ਜੀਓ ਉਹ ਤਿਆਰ ਤੋਂ ਤਿਆਰ ਹੈ ਇਧਰਲੇ ਪਾਸੇ ਧੂਰੀ ਵਾਲਿਆ ਆਸਾਂ ਦੀਆਂ ਵੱਡੀਆਂ ਤੇਰੇ ਤੋਂ ਅੱਜ ਪੁੱਲ ਮੋੜਦੇ ਉਹ ਗੱਲਾਂ ਲਾਵੇ ਟਕਾਵੇ ਲਓ ਚੰਗੀ ਵਾਲ ਪਰਿੰਦਰਲੇ ਪਾਸੇ ਆਓ ਧੂਰੀ ਕਰਮੇਲ ਬਾਈ ਸਾਡਾ ਮਨਪ੍ਰੀਤ ਤੇ ਸੁਖਮਿੱਤਰ ਜੀ ਇਹਨਾਂ ਦਾ ਵੀ 400 ਰੁਪਇਆ ਨੇ 400 ਪੂਰਾ ਹੋ ਗਿਆ ਮੇਰੇ ਜੀ ਆ ਖਿਡਾਰੀ ਦੇ ਲਈ ਕਹਿੰਦੇ 1100 ਰੁਪਏ ਦਾ ਕਰ ਦਿੱਤਾ ਗਿਆ ਹੈ ਵੱਡਾ ਧਰਵਾਲ ਹੈ ਇੱਧਰ ਬਟਾਸ ਕਹਿੰਦੇ ਕਾਫੀ ਦਾ ਨੋਟ ਕਰੀ ਜਾਂਦਾ ਹੈ ਵਿੱਕੀ ਉੱਕੀ ਨੂੰ ਕਿੰਨੇ ਕਿੰਨੇ ਪੈਸੇ ਦੇ ਰਹੇ ਹੈ ਬਾਕੀ ਸਭ ਗਾਰ ਸਮਾਨ ਹੋ ਰਿਹਾ ਹੈ ਪੈਸਾ ਬੜਾ ਔਰੰਗਿਆ ਬਣ ਗਏ ਹੈ ਔਰੰਗਿਆ ਬਣ ਗਏ ਤੇ ਜੀਵਾ ਗਿਆ ਨਵੀਂ ਜਿੰਨੇ ਦਰਸ਼ਕ ਆਏ ਜਿੰਨੇ ਭਗੇੜੇ ਵਾਲੇ ਬੈਠੇ ਹੈ ਪਿੰਡ ਵਾਲੇ ਪੈਸਿਆਂ ਪਿੰਡ ਵਾਲੇ ਮੁੰਡਿਆਂ ਦੇ ਪੈਸੇ ਲੱਗੇ ਹੈ ਜੇ ਕੰਪਨੀ ਵਾਲੀ ਤੇ 25 ਸਾਰੀ ਕਰੋ ਭਗੇੜੇ ਵਾਲੇ ਮੁੰਡੇ ਆ ਰਹੀ ਹੈ ਪਿੰਡਾਰੇ ਖਿਡਾਰੀਆਂ ਦੇ ਖੁਦ ਦੇ ਪੈਸਾ ਲਾਇਆ ਮੇਰੇ ਵੀਰੋ ਇਹ ਸਿਮਤਾ ਹੈ ਔਰ ਸਮਝ ਦੇਖ ਰਿਹਾ ਹੈ ਆ ਜੀਵਾ ਇਹਨੇ ਸਤਿਗ ਲਾਇਆ ਪਹਿਲੋ ਪਰ ਦੂਜੇ ਪਾਸੇ ਇਹਨੂੰ ਯੁਵਰਾਜ ਕਹਿੰਦੇ ਨੇ ਮੇਰੇ ਵੀਰੋ ਇਹ ਚਰਚ ਦੇ ਖੇਡ ਦਾ ਸੋੜਾ ਹੈ ਉਹ ਵੀ ਮੋੜ ਦਿੱਤਾ ਹੈ ਰਵੀ ਜੱਗੀ ਫੱਟੀਆਂ ਵੇਟਾਂ ਮੁੜ ਗਈਆਂ ਨੇ ਉਸ ਸਮੇਂ ਫੱਟੀਆਂ ਵੇਟਾਂ ਮੁੜ ਗਈਆਂ ਇੱਧਰ ਗੁਰਮੇਲ ਸਿੰਘ ਜੀ ਬਰੀਕਾ ਬਹੁਤ ਵੱਡਾ ਢਾਵਾ ਮੇਲੇ ਨੂੰ ਬਹੁਤ ਵੱਡੀ ਸਪੋਰਟ ਹੈ ਤੇ ਪੰਜਾਬੀ ਮਾਂ ਬੋਲਾਂ ਤੋਂ ਖੁਸ਼ ਹੋ ਕੇ ਵੱਡੇ ਸਨਮਾਨ ਜਿਹੜੇ ਜਿਹੜੇ ਪਹਿਲੇ ਹੋਇਆ ਹੈ ਬ੍ਰਿਕ ਸਾਹਿਬ ਦਾ ਬਹੁਤ ਵੱਡਾ ਢਾਵਾ ਹੈ ਇਹ ਸਤਨਾਮ ਹੈ ਮੇਰੇ ਜੀ ਕਿਸ਼ਨਗੜ੍ਹ ਦੇ ਮੇਲੇ ਦਾ ਮੁੰਡਾ ਦੱਸ ਰਿਹਾ ਹੈ ਤੇ ਜਿਹੜਾ ਕਹਿੰਦੇ ਸਾਹਮਣੇ ਆ ਗਿਆ ਹੈ ਪਰ ਬਾਹਰ ਪੁੱਤ ਨੀ ਰੱਖੜੇ ਵਾਲਾ ਹੈ ਮੇਰੇ ਪਿਆਰ ਹੈ ਮੇਰੇ ਜੀ ਪਹਿਲੀ ਵਾਰ ਬੱਲੇ 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 ਜਾਣਕਾਰੀ ਹੈ ਗੁੱਟਾਂ ਦੇ ਵਿੱਚ ਰੱਖੜੇ ਵਾਲਾ ਸਰੀਰ ਵੇਖਣ ਗੁਰਮੇਲ ਬਾਈ ਐਂ ਲੱਗਦਾ ਜਿਵੇਂ ਕਬੱਡੀ ਦਾ ਪ੍ਰੇਮ ਹੁੰਦਾ ਹੈ ਉਹ ਦੇਖ ਮੁੰਡੇ ਦੀ ਕਿਹੜੇ ਵੇਖਣ ਵਾਲੀ ਹੈ ਕਮਾਲ ਕਰਦੀ ਹੈ ਖੇਡ ਦੇ ਮੈਦਾਨ ਦੇ ਵਿੱਚ ਹਰ ਪਹਿਲੀ ਵਾਰ ਬੱਲੇ ਇੱਥੇ ਤੱਕ ਪਰ ਬਾਹਰ ਜਿਹੜੀ ਕਹਿੰਦੇ ਚੋਟੀ ਜੀ ਉਹ ਖਿਡਾਰੀ ਨੇ ਕਹਿੰਦੇ ਸਾਹ ਦਿੱਤੀ ਮੇਰੀ ਵੀਡੀਓ ਫਿਰ ਬੈਠੇ ਨੇ ਮੈਦਾਨ ਦੇ ਉੱਪਰ ਉਹ ਗੱਲਾਂ ਕਹਿੰਦੇ ਟਕਾਣੇ ਲੱਗੀ ਆਪਾਂ ਕਹਿ ਗੁਰਮੇਲ ਬਾਈ ਉਹ ਕਨਾਲ ਕਰ ਦਿੱਤੀ ਹੈ ਲਓ ਪੈਂਦੀ ਵਾਲ ਫੇਰ ਬੱਲੇ ਬੱਲੇ ਜਮੇ 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 ਉਹ ਵੱਜ ਗਿਆ ਛੱਕਾ ਮੇਰੇ ਮਿੱਤਰੋ ਔਰ ਦੀ ਸਮਾਪਤੀ 4 ਓਵਰ 55 ਲੈਵਿੰਗ ਕੱਲਾ ਹੀ ਛੱਕਾ ਵੱਜਿਆ ਬੰਦੇ ਦੇ ਬਾਕੀਆਂ ਨੌਟ ਲੱਗ ਗਈਆਂ ਸਾਰੀਆਂ ਕਾਕਾ ਰਸੂਲ ਪਰਵਾਗਰ ਦੀ ਬਾਰੀ ਬੰਦੇ ਦੇ ਪੁਰਮੱਡੀ ਦੇ ਵਿੱਚ ਮੇਲਾ ਖੇਡਿਆ ਗਿਆ ਹੈ ਹਾਂ ਉੱਥੇ ਵੀ ਜ਼ਿਆਦਾਤਰ ਕੱਪੜੇ ਦੇ ਬਾਜ਼ੀ ਹੈ ਰਹਿਮਾਨ ਖਾਨ ਰਸੂਲ ਫਰਮਾਇਆ ਗੁਰੀ ਕੱਕਾ ਵਾਲਾ ਸਿਕਸਰ ਕੈਂਟਾ ਹੋਇਆ ਤੇ ਜੀਓ ਇਹਨੇ ਰਿਕਾਰਡ ਕਰਤਾ ਪਹਿਲਾਂ 4 ਹੀ ਫੋਰ ਬ੍ਰੈਕਟਰ ਸੁੱਖੀ ਕਮਾਉਂਦੇ ਸੀਗੇ
ਚਾਰ ਹੀ ਹੋਰ ਟਰੈਕਟਰ ਸਿਫਰ ਕੇ ਕਿਹੜੇ ਸੀਗੇ ਪਰ ਇਹਨੇ ਹੁਣ ਪੰਜ ਮੋਟਰਸਾਈਕਲ ਕਰ ਲਿਆ ਪੰਜ ਟਰੈਕਟਰ ਮੇਰੇ ਵੀ ਦਿੱਤੇ ਸਮਰੇ ਪੰਜ ਦਿੱਤੇ ਕਿਹੜੇ ਮੇਰੇ ਵੀਰੋ ਇੱਕ ਇੰਡੇ ਦਾ ਇੱਕ ਟੱਪਰ ਦੇ ਵਿੱਚੋਂ ਜਿੱਤਿਆ ਕਹਿੰਦੇ ਲੱਕੀ ਕੁਰਸੀ ਦੇ ਪਿੰਡਾਂ ਦੇ ਵੀਰੋ ਇੱਕ ਇਹਦੇ ਲੱਕੇ ਦੇ ਵਿੱਚੋਂ ਕਿਹੜੇ ਜਿੱਤਿਆ ਇੱਕ ਇਹਦੇ ਸਾਡੇ ਗੱਲਾਂ ਪੁਰਾਣੀਆਂ ਦੱਸੋ ਜੀ ਜ਼ਰੂਰ ਹਾਂਜੀ ਜੈਕੀ ਜਾਟਾ ਆਏ ਹਾਏ ਜੈਕੀ ਜਾਟਾ ਮੇਰੀ ਜੀ ਨੇ ਇਹ ਜੈਕੀ ਜਾਟਾ ਹੈ ਲਓ ਪੈਂਦੀ ਬਾਹਰ ਪਾ ਹੋਏ ਜੈਕੀ ਦਾ ਹੋਏ ਜੈਕੀ ਬੱਤੀ ਵਾਲੇ ਕਾਲੇ ਨੇ ਉਹ ਪੱਠੇ ਪਿਆ ਮੇਰੇ ਮਿੱਤਰ ਔਰ ਮੈਂ ਬਾਰ ਬਾਰ ਗੋਡਾ ਦੇ ਵਿੱਚ ਕਹਿੰਦਾ ਹੁੰਦਾ ਵੀ ਜਿਹੜੇ ਜੂਨੀਅਰ ਪਲੇਅਰ ਹੁੰਦੇ ਆ ਉਹਨਾਂ ਨੂੰ ਸੀਨੀਅਰ ਪਲੇਅਰਾਂ ਦੀ ਰਿਸਪੈਕਟ ਕਰਨੀ ਜਿਹੜੀ ਬਹੁਤ ਜ਼ਰੂਰੀ ਹੈ ਜੇ ਬੱਤੀ ਦਾ ਨਾਮ ਹ
ਲਾ ਰਿਹਾ ਹੈ, ਆਪ ਸਾਹਮਣੇ ਦੇਖ ਰਹੇ ਹਾਂ। ਵਿਗਟ 200 ਦੀ ਹੈ ਕਿਹੜੇ ਮੁੰਡੇ ਦੀ ਬਿਰਵੀ ਹੋ, ਵਿਗਟ 200 ਦੀ ਇੱਕ 100 ਦੀ ਇਹਨਾਂ ਨੇ 100 ਨੋਟ ਕਰ ਲਓ, ਕੌਣ ਵਾਲੇ ਨੇ 100 ਦੀ ਹੋਈ ਆ। ਨਵੀਂ ਕਾਕੇ ਤੋਂ ਖਾਲੀ ਨਹੀਂ ਭੇਜਣਾ ਕੋਈ, ਸਾਰੇ ਸਨਮਾਨ ਕਰਦੇ ਆ ਬੇਚੇ ਦੇ ਆ। ਔਰ ਇਹ ਵੀ ਗੱਲਾਂ ਹੋਣਗੀਆਂ ਗੁਰੀ ਕੱਟੋ ਤੇ ਤਾਰ ਕੇ ਵੀਡੀਓ ਸਿੱਖਰ ਤੇ ਰੋਹਿਤ ਜਿਹੜੇ ਚੰਡੀਗੜ੍ਹ ਆ ਆਲੇ ਦੇ ਵਿੱਚ ਖੇਡ ਰਹੇ ਜਾਣਗੇ। ਅੱਜ ਉਹ ਖਿਡਾਰੀ ਹੈਗੇ ਜੱਗੇ ਨੂੰ ਮੇਲੇ ਆਏ ਆ, ਜਿਹੜੇ ਇਲਾਕੇ ਚ ਵੇਖੇ ਮੰਨੇ ਮਿਲਦੇ ਆ ਤੁਹਾਡੇ ਮੇਲੇ ਤੇ, ਉਹ ਖਿਡਾਰੀ ਆ ਗਿਆ ਹੈ। ਨਾਲ ਸਾਹਮਣੇ ਲਾਲ ਕੋਟ ਨਹੀਂ ਲਾਉਣਾ ਤਿਆਰ ਕਰਿਆ ਹੈ ਖੇਡ ਦੇ ਮੈਦਾਨ ਦੇ ਵਿੱਚ। ਨਾਲ ਸਾਹਮਣੇ ਵੇਖ ਰਹੇ ਪਹਿਲਾਂ ਪੰਡੀਆਂ ਛੱਕੇ ਸਾਡੇ ਜਿਹੜੇ ਆਹ ਸਾਹਮਣੇ ਜਿਹੜੇ ਲੈਕ ਜਿਹੜੇ ਪੰਦਰਾਂ ਦੀ ਧਰਤੀ ਦਾ ਪ੍ਰੀ ਵੱਡਾ ਦੇਖਿਆ। ਮੈਂ ਵੀ ਅੱਖਾਂ ਵਿੱਚ ਸੂਰਤ ਵਾਲੇ ਕੱਲ ਤੋਂ ਮੁੜੇ ਤੇ ਟੈਂਟੀ ਡਿੱਗ ਪਿਆ, ਕਿਹੜੇ ਟੈਂਟ ਵਾਲੇ ਕਿਹੜੇ ਵੀਰ ਦੀ ਗੱਤੀ ਟੈਂਟ ਕਰਾਉਂਦੀ ਹੈ ਟੈਂਟ ਜਿੰਦਰ ਆ ਕੋਈ ਟੈਂਟ ਵਾਲਾ ਵੀਰ ਸਾਡਾ ਬਾਲਰ ਉਸਤਾਦ ਸਰਜੀਤ ਸਿੰਘ ਜੀ ਕੱਟ ਜੈਵੀਰ ਜੀ ਖਿੱਚਰ ਸਾਹਿਬ ਬਾਲਰ ਨੇ ਪੁੱਛੀ ਭਾਈ ਤੇ ਜਿੰਦਰ ਸਿੰਘ ਜੀ ਸਾਡੇ ਬਹੁਤ ਵੱਡਾ ਧੰਨਵਾਦ ਸਟੇਜ ਉੱਪਰ ਬਰਾਜਮਾਨ ਨੇ ਪਹੁੰਚੇ ਤੇ ਜੀਆਂ ਤੇ ਸਵਾਗਤ ਕਰ ਰਹੇ ਹਾਂ। ਲਾਲ ਸਾਹਿਬ ਲਾਸਟ ਬੰਦੇ ਵਾਲਾ ਪੁਰਖ ਲਈ ਖਿਡਾਰੀ ਜਿਹੜਾ ਕਹਿੰਦੇ ਤਿਆਰ ਕਰਿਆ ਹੈ ਲੈ ਲਿਆ ਕਿਨਾਰਾ ਬਾਈ ਜਿਹੜਾ ਬਾਲਾ ਪਾਏ ਖੇਡ ਗਰਾਊਂਡ ਦੇ ਵਿੱਚ ਹਾਂ ਕਾਲੇ ਤੇ ਗੱਡੀ ਦਾ ਬੜਾ ਪਿਆਰ ਨੇ ਜਿਹੜੀ ਉੱਥੇ ਬੈਂਟਰ ਵਾਲਾ ਜਾਂਦੀ ਹੈ ਨਾ ਤੇਜੀ ਬਾਲ ਤੇ ਖੇਡਿਆ ਸ਼ੌਕ ਹੈ ਰੰਗਿਆਰ ਹੋ ਗਿਆ ਹੈ ਨਵੀਂ ਪੱਤੀ ਵਾਲਾ ਕੁੜੀਆਂ ਨੂੰ ਉਹ ਪੱਕਾ ਗੱਡੀ ਦਾ ਵੀ ਇੱਥੇ ਕਾਲਾ ਆਇਆ ਹੋਇਆ ਤੇ ਫਲਾਏ ਪਿਛਲੀ ਕਰੀ ਉਹ ਚੱਪੇ ਕਰਾਇਆ ਤੇ ਪੱਤੀ ਵਾਲੇ ਕਾਲੇ ਰੈਡੀਆਂ ਤੁਹਾਡੇ ਕੋਲ ਜਿਹੜੀਆਂ ਬਾਕੀ ਬੇਨਤੀ ਹੈਗੀ ਕਿ
ਸਭ ਤੋਂ ਵੱਧ ਕਰੇਗੀ ਤੇ ਵਧੀਆ ਕਾਰਨ ਹੀ ਆਪਣੇ ਪੈਸੇ ਪਾਉਣ ਵਾਲੇ ਦਾ